ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਕੀ ਹਾਲ ਹੈ ਜੀ ਦੋਸਤਾਂ ਦਾ ਠੀਕ ਠਾਕ ਡਿਜੀਟਲ ਟਰੈਕਟਰ YouTube ਚੈਨਲ ਤੇ ਖੁਸ਼ ਆਮਦੀਦ ਅੱਜ ਦੀ ਵੀਡੀਓ ਅਸੀਂ ਲੈ ਗਏ ਹਾਂ MF 375 SA ਇਹਦੀ ਵੀਡੀਓ ਲੈ ਕੇ ਆਏ ਹਾਂ ਇਹ ਹੈ ਸੇਲ ਵਾਸਤੇ ਅਸੀਂ ਕਹਿੰਦੇ ਚਲੋ ਦੋਸਤਾਂ ਨਾਲ ਵੀਡੀਓ ਸ਼ੇਅਰ ਕਰ ਦਈਏ ਪਹਿਲੇ ਤਾਂ ਤੁਹਾਨੂੰ ਇਹਦੀਆਂ ਤਸਵੀਰਾਂ ਦਿਖਾਣੀਆਂ ਆ ਉਹ ਤੋਂ ਬਾਅਦ ਤੁਹਾਨੂੰ ਪੂਰੀਏ ਦੀ ਵੀਡੀਓ ਦਿਖਾਣੀਆਂ ਹਰ ਚੀਜ਼ ਦੋਸਤਾਂ ਨਾਲ ਸ਼ੇਅਰ ਕਰਦੇ ਆ ਵੀਡੀਓ ਨੂੰ ਐਂਡ ਤੱਕ ਦੇਖਣਾ ਏਕ ਇੱਕ ਚੀਜ਼ ਤੁਹਾਨੂੰ ਟਰੈਕਟਰ ਦੀ ਦਿਖਾਣੀਆਂ MF 375 SA ਇਹ ਹੈਗਾ ਮਾਡਲ 98 ਮਾਡਲ ਆ ਇਹ ਐਸੀ ਸੇਲ ਵਾਸਤੇ ਵੀਡੀਓ ਸਾਨੂੰ ਆਈ ਵਟਸਐਪ ਜੇ ਤੁਹਾਨੂੰ ਡਿਮਾਂਡ ਲੋਕੇਸ਼ਨ ਗੱਡੀ ਦੀ ਕੰਡੀਸ਼ਨ ਹਰ ਚੀਜ਼ ਸ਼ੇਅਰ ਕਰਦੇ ਆ ਸੋ ਪਹਿਲੇ ਤੁਸੀਂ ਗੱਡੀ ਦਾ ਰਿਵਿਊ ਕਰ ਲਓ ਤਸਵੀਰਾਂ ਦੇ ਨਾਲ ਬਜੇ ਤੁਹਾਨੂੰ ਵੀਡੀਓ ਵੀ ਦਿਖਾਣੇ ਆ ਵੀਡੀਓ ਅੱਛੀ ਲੱਗੇ ਤੇ ਲਾਈਕ ਸ਼ੇਅਰ ਜ਼ਰੂਰ ਕਰ ਦੇਣਾ ਤੇ ਚੈਨਲ ਡਿਜੀਟਲ ਟਰੈਕਟਰ ਨੂੰ ਸਬਸਕ੍ਰਾਈਬ ਕਰ ਦੇਣਾ ਮਜ਼ੀਦ ਵੀਡੀਓ ਦੀ ਜਿਹੜੀ ਅਪਡੇਟ ਮਿਲਦੀ ਰਹਿੰਦੀ ਆ ਉਨ ਗੱਲਬਾਤ ਕਰਦੇ ਆ ਗੱਡੀ ਦੇ ਬਾਰੇ ਟਾਇਰਾਂ ਦੀ ਕੰਡੀਸ਼ਨ ਦੇਖੋ ਬਿਲਕੁਲ 14 ਅੰਨੇ ਟਾਇਰ ਆ ਛੱਤ ਵੀ ਲੱਗੀ ਹੋਈ ਆ ਗੱਡੀ ਬੜੀ ਸਾਫ਼ ਆ ਬੜੀ ਸੰਭੀ ਹੋਈ ਆ ਨਜ਼ਰ ਆ ਹੀ ਰਹੀ ਆ ਬਾਕੀ ਅੱਗੇ ਜਾ ਕੇ ਵੀਡੀਓ 'ਚ ਤੁਹਾਨੂੰ ਮਜ਼ੀਦ ਪਤਾ ਚੱਲੇਗਾ ਬੜੀ ਸੰਭੀ ਹੋਈ ਗੱਡੀ ਆ ਟਾਇਰਾਂ ਦਾ ਚੌਂਕੜਾ ਜਿਹੜਾ ਤਕਰੀਬਨ 14 ਅੰਨੇ ਆ ਇਹ ਨਵੇਂ ਆ ਤਕਰੀਬਨ ਅਸੀਂ 14 ਅੰਨੇ 'ਚ ਦਾਂਗੇ ਹੁੱਕ ਜਿਹੜੀ ਏ ਉਹ ਲਾ ਕੇ ਰੱਖੀ ਆ ਉਹ ਨਹੀਂ ਨਾਲ ਮਿਲੇਗੀ ਟਾਪ ਲਿੰਗ ਨਾਲ ਮਿਲੇਗੀ ਛੱਤ ਲੱਗੀ ਹੋਈ ਆ ਬੰਪਰ ਲੱਗਾ ਹੋਇਆ ਵਾ ਗੱਡੀ ਦੇ ਨਾਲ ਗੱਡੀ ਬੜੀ ਸਾੰਭੀ ਹੋਈ ਆ ਬਹੁਤ ਚੰਗੀ ਗੱਡੀ ਹਾਲਤ ਆ ਮਾਡਲ ਦੇ ਹਿਸਾਬ ਦੇ ਨਾਲ ਬੜੀ ਸਾਫ਼ ਗੱਡੀ ਆ ਇਹ ਤੁਹਾਨੂੰ ਇਹ ਜੀ ਦੱਸ ਦਿਆਂ ਲੋਕੇਸ਼ਨ ਡਿਮਾਂਡ ਮਾਲਕਾਂ ਨੇ ਕਿੱਥੋਂ ਤੱਕ ਦੇਣੀ ਆ ਕੀ ਸਾਫ਼ ਕਿਤਾਬ ਬੰਪਰ ਵੀ ਚੰਗਾ ਪਾਰਾ ਜੜਾ ਆਲੇ ਦਾ ਲੱਗਾ ਹੋਇਆ ਨੰਬਰ ਲੱਗਾ ਹੋਇਆ ਵਾ ਨੰਬਰ ਲੱਗਾ ਹੈ ਫੈਸਲਾਬਾਦ ਇੱਕ ਗੱਡੀ ਜਿਹੜੀ ਮੌਜੂਦਾ ਖੜੀ ਆ ਉਹ ਵੀ ਜੜਾਂ ਵਾਲੇ ਖੜੀ ਆ ਛੱਤ ਚੋਂ ਤੇ ਲੱਗੀ ਹੋਈ ਆ ਲੋਕੇਸ਼ਨ ਜਿਹੜੀ ਆ ਜ਼ਿਲ੍ਹਾ ਫੈਸਲਾਬਾਦ ਚੀ ਆ ਨੰਬਰ ਵੀ ਫੈਸਲਾਬਾਦ ਦਾ ਲੱਗਾ ਹੋਇਆ ਤੇ ਬਾਕੀ ਬੜੀ ਸਾਫ਼ ਗੱਡੀ ਆ ਦੇਖੋ ਕਿਤੇ ਲੀਕਿੰਗ ਵਗੈਰਾ ਨਹੀਂ ਹੋਈ ਸ਼ੋ ਸ਼ੂ ਜਿਹੜੀ ਲਾ ਕੇ ਰੱਖੀ ਹੋਈ ਆ ਇੱਕ ਇੱਕ ਚੀਜ਼ ਤੁਹਾਨੂੰ ਨੱਟ ਪਾਨਾ ਤੱਕ ਜੈਨੂਨ ਜਿਹੜਾ ਨਾ ਗੱਡੀ ਦਾ ਇੰਜਨ ਤੱਕ ਜੈਨੂਨ ਕੋਈ ਮਸਲਾ ਮਸਾਇਲ ਨਹੀਂ ਕਰ ਰਹੀ ਇੰਜਨ ਜਿਹੜਾ ਬਿਲਕੁਲ ਬਿਲਕੁਲ ਓਕੇ ਆ ਪੰਪ ਸ਼ਮ ਸਟੈਂਡਰਡ ਤੇ ਕਰੈਂਕ ਹਰ ਚੀਜ਼ ਓਕੇ ਆ ਰਿੰਗ ਸ਼ਿੰਗ ਲੱਗੇ ਨੇ ਬਾਕੀ ਇੰਜਨ ਜਿਹੜਾ ਵਾ ਬਿਲਕੁਲ ਜੈਨੂਨ ਹਾਲ ਅਸ ਜਿੱਦਾਂ ਆਇਆ ਸੀ ਉਦਾਂ ਹੀ ਆ ਖੁੱਲਾ ਤੱਕ ਨਹੀਂ ਇੰਜਨ ਯਾਰ ਬਾਕੀ ਰਿੰਸ਼ਮ ਜਿਹੜੇ ਨੇ ਉਹ ਵੀ ਠੀਕ ਨੇ ਥੜਾ ਹਿੱਸਾ ਦੇਖ ਲਓ ਕਿਤੋਂ ਲੀਕਿੰਗ ਵਗੈਰਾ ਨਹੀਂ ਹੋਈ ਇਹ ਗੱਡੀ ਧੋ ਕੇ ਖੜੀ ਕੀਤੀ ਸੀ ਦੇਖਣ ਵਾਲੇ ਨੂੰ ਪਤਾ ਚੱਲ ਜਾਂਦਾ ਕਿਹੜੀ ਕੰਡੀਸ਼ਨ ਚ ਗੱਡੀ ਖੜੀ ਆ ਬਾਕੀ ਬੰਪਰ ਜਿਹੜਾ ਉਹ ਵੀ ਦੇਖ ਲਓ ਜਿਹੜਾ ਵਾਲੇ ਦਾ ਲੱਗਾ ਹੋਇਆ ਭਾਰਾ ਬੰਪਰ ਬੜੀ ਸ਼ਿੰਗਾਰੀ ਹੋਈ ਗੱਡੀ ਆ ਉਹਨੇ ਮਾਲਕ ਨੇ ਜਦੋਂ ਨਹੀਂ ਰੱਖੀ ਆ ਨਾ ਬੜੀ ਸਾੰਭ ਕੇ ਬੜੀ ਚਲਾਈ ਵੀ ਆ ਲੇਕਿਨ ਸਾੰਭੀ ਵੀ ਬੜੀ ਗੱਡੀ ਨੂੰ ਰੇਡੀਏਟਰ ਜਨਰੇਟਰ ਹਰ ਚੀਜ਼ ਸੈਲਫ ਸਟਾਰਟ ਕਰਕੇ ਦਾਂਗੇ ਕੋਈ ਮਸਲਾ ਮਸਾਲ ਹੋਵੇ ਉਹਦੀ ਜ਼ਿੰਮੇਵਾਰੀ ਨਾ ਗੱਡੀ ਦਾਂਗੇ ਕਾਗਜ਼ ਕਲੀਅਰ ਨੇ ਟਾਇਰਾਂ ਦਾ ਚੌਂਕੜਾ 14 ਨੇ ਟਾਇਰ ਨੇ ਥੱਲੇ ਵਾਲਾ ਹਿੱਸਾ ਦੇਖੋ ਕਿ ਤੁਨ ਲੀਕਿੰਗ ਨਹੀਂ ਹੋਈ ਕੋਈ ਮਸਲਾ ਮਸੈਲ ਨਹੀਂ ਹੈਗਾ ਮਾਡਲ ਦੇ ਹਿਸਾਬ ਨਾਲ ਗੱਡੀ ਬਹੁਤ ਸੰਭੀ ਹੋਈ ਆ ਇਹਦੀ ਜਿਹੜੀ ਮਾਲਕਾਂ ਨੇ ਸਾਨੂੰ ਡਿਮਾਂਡ ਦੱਸੀ ਆ ਉਹ ਵੀ ਤੁਹਾਨੂੰ ਦੱਸਦੇ ਆ ਸਾਰਾ ਤੁਹਾਨੂੰ ਰਿਵਿਊ ਕਰਵਾਤਾ ਗੱਡੀ ਦਾ ਗੱਡੀ ਪਸੰਦ ਆਵੇ ਤੇ ਸਾਨੂੰ ਲਾਈਕ ਕਮੈਂਟ ਕਰਕੇ ਦੱਸਣਾ ਹੈ ਟਾਇਰ ਜਿਹੜੇ ਸਰਵਸ ਦੇ ਨੇ ਹੁੱਕ ਨਹੀਂ ਲੱਗੀ ਹੋਈ ਟਾਪ ਲੈਂਗ ਜਿਹੜੀ ਉਹ ਲੱਗੀ ਹੋਈ ਆ ਛੱਤ ਵੀ ਲੱਗੀ ਹੋਈ ਆ ਠੀਕ ਆ ਛੱਤ ਐਡੀ ਚੰਗੀ ਨਹੀਂ ਐਡੀ ਮਾੜੀ ਵੀ ਨਹੀਂ ਐ ਠੀਕ ਆ ਗੁਜ਼ਾਰੇ ਵਾਲੀ ਇਹ ਜਿਹੜੀ ਮਾਲਕਾਂ ਨੇ ਸਾਨੂੰ ਡਿਮਾਂਡ ਦੱਸੀ ਆ 9 ਲੱਖ 40 ਹਜ਼ਾਰ ਇਹਨਾਂ ਡਿਮਾਂਡ ਦੱਸੀ ਆ ਬਾਕੀ ਜੇ ਕਿਸੇ ਨੇ ਲੈਣਾ ਵੀ ਹੋ ਸਾਡਾ ਨਾਲ ਰਾਬਤਾ ਕਰ ਸਕਦਾ ਹੈ ਗੱਡੀ ਬੜੀ ਸਾਫ਼ ਹੈਗੀ ਆ ਜਲਦੀ ਤੋਂ ਜਲਦੀ ਸਾਡਾ ਕਮੈਂਟ ਬਾਕਸ 'ਚ ਰਾਬਤਾ ਕਰੋ ਤੇ ਗੱਡੀ ਲੈਣੀ ਹੈ ਤੇ ਜਲਦੀ ਤੋਂ ਜਲਦੀ ਰਾਬਤਾ ਕਰਕੇ ਗੱਡੀ ਲੈ ਸਕਦੇ ਜੀ ਬਾਕੀ ਸਾਰਾ ਤੁਹਾਨੂੰ ਰਿਵਿਊ ਕਰਵਾਤਾ ਹੈ ਤੁਹਾਨੂੰ ਵੀਡੀਓ ਚੰਗੀ ਲੱਗੇ ਤਾਂ ਦੋਸਤਾਂ ਨਾਲ ਜ਼ਰੂਰ ਸ਼ੇਅਰ ਕਰ ਦਿਆ ਕਰੋ ਕਈ ਦੋਸਤ ਹੁੰਦੇ ਨੇ ਲੈਣ ਵਾਲੇ ਜਿੱਦਾਂ ਸ਼ੇਅਰ ਤੁਹਾਡੇ ਇੱਕ ਸ਼ੇਅਰ ਕਰਨ ਦੇ ਨਾਲ ਕਈ ਦੋਸਤ ਨੂੰ ਲੱਭ ਜਾਂਦੀ ਹੈ ਅਗਲੀ ਵੀਡੀਓ ਤੇ ਮਿਲਦੇ ਆਂ ਅੱਲਾ ਨਿਗੇबान